ਹੈਲੋ ਜੀ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਬਣਾਉਣ ਜਾ ਰਹੀ ਹਾਂ ਨਿਊਟਰੀ ਪਰਾਠਾ, ਅਤੇ ਇੱਧਰ ਆਪਾਂ ਲਈ ਆ ਕੜਾਈ। ਕੜਾਈ ਹੋ ਗਈ ਆ ਗਰਮ, ਗੈਸ ਆਪਾਂ ਚਲਾ ਦਿੱਤਾ, ਹੁਣ ਆਪਾਂ ਪਾਵਾਂਗੇ ਤੇਲ। ਤੇਲ ਹੋ ਗਿਆ ਗਰਮ, ਹੁਣ ਆਪਾਂ ਪਾਵਾਂਗੇ ਜੀਰਾ, ਨਾਲ ਹੀ ਪਾ ਦੇਵਾਂਗੇ ਕੱਟਿਆ ਹੋਇਆ ਅਦਰਕ ਲਸਣ। ਲਸਣ ਅਦਰਕ ਭੁੱਜ ਗਿਆ, ਹੁਣ ਆਪਾਂ ਪਾ ਦੇਵਾਂਗੇ ਪਿਆਜ। ਨਾਲੇ ਪਾਉਣਾ ਕੱਟੀ ਹੋਈ ਹਰੀ ਮਿਰਚ, ਹੁਣ ਆਪਾਂ ਪਾਵਾਂਗੇ ਕਾਲੀ ਮਿਰਚ ਸਵਾਦ ਅਨੁਸਾਰ। ਹਲਦੀ ਹੁਣ ਆਪਾਂ ਪਾਵਾਂਗੇ ਨਿਊਟਰੀ। ਨਿਊਟਰੀ ਨੂੰ ਆਪਾਂ ਗਰਮ ਪਾਣੀ ਦੇ ਵਿੱਚ ਘੋਲ ਕੇ ਰਾਜੇ ਵਿੱਚ ਆਪਾਂ ਇਹਨੂੰ ਥੋੜ੍ਹਾ ਪੀਸ ਲਿਆ। ਪਾਣੀ ਆਪਾਂ ਨਿਊਟਰੀ ਦਾ ਥੋੜ੍ਹਾ ਸੁਕਾ ਲਵਾਂਗੇ। ਆਪਣੇ ਪਰਾਠੇ ਜਿਹੜੇ ਆ ਬਟਰ ਨਾ, ਹੁਣ ਆਪਾਂ ਪਾਵਾਂਗੇ ਨਮਕ ਸਵਾਦ ਅਨੁਸਾਰ। ਹੁਣ ਆਪਾਂ ਪਾਵਾਂਗੇ ਚਾਟ ਮਸਾਲਾ, ਨਿਊਟਰੀ ਆਪਣੀ ਹੋ ਗਈ ਤਿਆਰ, ਗੈਸ ਕਰ ਦੇਵਾਂਗੇ ਆਪਾਂ ਬੰਦ। ਹੁਣ ਆਪਾਂ ਪਾ ਦੇਵਾਂਗੇ ਕੱਟਿਆ ਹਰਾ ਧਨੀਆ, ਹੁਣ ਆਪਾਂ ਕਰ ਲਵਾਂਗੇ ਠੰਡਾ ਨਿਊਟਰੀ ਨੂੰ। ਨਿਊਟਰੀ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਿਆ। ਇੱਧਰ ਤਵਾ ਆਪਾਂ ਧੋ ਕੇ ਰੱਖ ਲਿਆ ਹੈ। ਆਟਾ ਆਪਾਂ ਤਿਆਰ ਕਰਕੇ ਰੱਖਿਆ ਹੋਇਆ ਹੈ। ਪਹਿਲਾਂ ਆਪਾਂ ਰੋਟੀ ਨੂੰ ਦੇਖ ਲਵਾਂਗੇ। ਹੁਣ ਆਪਾਂ ਪਾਵਾਂਗੇ ਨਿਊਟਰੀ ਦਾ ਮਿਸ਼ਰਣ, ਹੁਣ ਆਪਾਂ ਕਰਾਂਗੇ ਫੋਲਡ। ਹੁਣ ਆਪਾਂ ਲਗਾਵਾਂਗੇ ਸੁੱਕਾ ਆਟਾ। ਅੱਗੇ ਹੱਥਾਂ ਦੇ ਨਾਲ ਆਪਾਂ ਵੇਖ ਲਵਾਂਗੇ। Thank you.
ਆਪਾਂ ਪਰਾਂਠੇ ਨੂੰ ਪਲਟ ਦੇਵਾਂਗੇ। ਹੁਣ ਆਪਾਂ ਲਗਾਵਾਂਗੇ ਪਰਾਂਠੇ ਨੂੰ ਘੇ। ਪਰਾਂਠਾ ਆਪਣਾ ਬਣ ਕੇ ਹੋ ਗਿਆ ਤਿਆਰ, ਹੁਣ ਆਪਾਂ ਉਤਾਰ ਲਵਾਂਗੇ। ਅਤੇ ਦੇਖੋ ਜੀ ਆਪਣਾ ਨਿਊਟਰੀ ਪਰਾਂਠਾ ਬਣ ਕੇ ਹੋ ਗਿਆ ਤਿਆਰ, ਅਤੇ ਬਹੁਤ ਹੀ ਟੇਸਟੀ ਵਧੀਆ ਬਣਦਾ ਹੈ। ਅਤੇ ਬੱਚਿਆਂ ਨੂੰ ਤੁਸੀਂ, ਜੇ ਤੁਹਾਡੇ ਬੱਚੇ ਨਿਊਟਰੀ ਨਹੀਂ ਖਾਂਦੇ ਤਾਂ ਇਸ ਤਰ੍ਹਾਂ ਤੁਸੀਂ ਪਰਾਂਠਿਆਂ ਦੇ ਵਿੱਚ ਪਾ ਕੇ ਖਿਲਾ ਸਕਦੇ ਹਾਂ। ਅਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ, ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ, ਸਬਸਕ੍ਰਾਈਬ ਅਤੇ ਬੈਲ ਆਈਕਨ ਜ਼ਰੂਰ ਦਬਾਇਓ ਜੀ। ਪਲੀਜ਼ ਸਪੋਰਟ ਮਾਈ ਵੀਡੀਓ। ਮਿਲਾਂਗੇ ਤੁਹਾਨੂੰ ਕੱਲ੍ਹ ਫਿਰ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।